ये जी नहर जो आ बहुत पहला अंग्रेजा तो भी पहला था, आज तो 140 साल पहला साढ़े बजुर्ग जड़े सीगे वो ये नहर पट्टन वास्ते आए सीगे। उस टाइम तो बहुत वधिया सीगा, उस तो बाद जो साढ़े फादर साहब होए उन्होंने टाइम भी बहुत वधिया इत्थे पानी हुंदा सी, साढ़े टाइम भी पानी वधिया सी, लेकिन हौली हौली अज तो घट्टो घट 20 साल पहला ये पानी खराब हो चुके। पिछे तो सानू ये नहीं पता कि फैक्ट्रिया का पानी इस पैंदा कि नहीं, लेकिन ये असी जरूर कह रहे हैं कि पिंडा दे विच जो कूड़ा करकट सिटन नू कोई जगह है नहीं, जे गवर्नमेंट कोई कूड़ा करकट सिटन नू जगह देऊ तो फिर ये लोग पबलिक नहीं सिटणगे। नहर विभाग का वैसे तो कोई आदमी अज तक आया नहीं, कोई इंपलाइज कोई आया नहीं इतने भी हाँ भी तुम क्यों इतने कूड़ा सिटते हो, ये तो पिंड के पतवंते सज्जन ने जोड़े जो कमेटियां ने उही सरपंच नूं कहदियां ने भी इत्थे कूड़ा विच ना सिट्टो। इहदा नौं तों सरहंद तों निकलदी आ, अबोर ब्रांच इहदा नौं आ जी, 1,11,300 नंबर इहदा आ इत्थे दा वा। मैं बड़ा जोर लाया भी रखड़ा साहब आया भी आपां इहनां नूं इह पॉइंट देईए भी साडी उत्थों नहर टुटदी आ भी इहदा कोई हल कीता जावे। हुण मैं इत्थों कई बार गिया, मैं खुद मैनू कहिंदे यार तू बुरा बनेगा, मैं कहा मेरे कोई जिहड़ा डांग मारू मारन दे। दने इत्थे गड्डी वाला खड़िया वो सिटन लग गया, मैं की गल भाई रेहड़े वाला सिटन लग गया, मैं उत्थों दबका मारिया भज गया। हुण देखो देख सिटदे जिहड़ा तुसीं सिटन वाली गल करिओ जी, देखो देख सिटदे आ, जे इत्थे गवर्नमेंट पाबंदी ला दिंदे भी इत्थे जिहड़ा सिटूगा असीं उहनूं फैन मारांगे। ਉਹ ਜਦੋਂ ਇਹ ਪਾਣੀ ਹੁੰਦਾ ਸੀਗਾ ਜੀ ਨਹਿਰਾਂ ਦੇ ਵਿੱਚ ਅਸੀਂ ਆਹੀ ਪੁਲ ਹੁੰਦਾ ਸੀਗਾ, ਉਹ ਪੁਲ ਬਾਅਦ 'ਚ ਵਿੱਚ ਬਣਿਆ ਵਾ, ਇਹਦੇ ਵਿੱਚ ਅਸੀਂ ਨਹਾਉਣਾ, ਇੰਨਾ ਪਾਣੀ ਸਾਫ਼ ਹੁੰਦਾ ਸੀਗਾ, ਬਹੁਤ ਜਾ ਕੇ ਪਾਣੀ ਸਾਫ਼ ਹੁੰਦਾ ਸੀਗਾ। ਕੋਈ ਚੀਜ਼ ਵਿੱਚ ਅਸੀਂ ਸੁੱਟ ਦੇਣੀ ਜਾਂ ਰੁਪਈਆ ਸੁੱਟ ਦੇਣਾ ਸੀ, ਐਂ ਖੜਕ ਹੀ ਦੇਖ ਲੈਣਾ ਵੀ ਰੁਪਈਆ ਚਮਕਦਾ ਵਾ, ਪਿਆ ਰੁਪਈਆ ਅਸੀਂ ਵਿੱਚੋਂ ਛਾਲ ਮਾਰ ਕੇ ਰੁਪਈਆ ਵਿੱਚੋਂ ਕੱਢ ਲੈਣਾ ਜੀ। ਜਾਡੀ ਗੱਲ ਸਾਡੀ ਸੁਰਤ ਸਾਂਭਲੀ ਆ ਜੀ, ਨਾ ਤਾਂ ਨਹਿਰ ਦੀ ਸਫਾਈ ਹੋਈ ਆ ਕਿਤੇ, ਇਹ ਤਾਂ ਕੰਮ ਹੀ ਨਹੀਂ ਹੋਇਆ ਵੀ ਸਫਾਈ ਹੋ ਗਈ, ਸਾਨੂੰ ਤਾਂ ਪਤਾ ਨਹੀਂ ਗਾ ਵੀ ਹੋਈ। ਜਦੋਂ ਗਰਿੱਡ ਦੇ ਮੂਹਰੇ ਰੋਕ ਲੱਗਦੀ ਆ ਪਾਣੀ ਦੀ, ਮਗਰ ਪਾਣੀ ਦਾ ਚੜਾਅ ਬਹੁਤ ਜ਼ਿਆਦਾ ਹੋ ਜਾਂਦਾ ਜੀ, ਉੱਧਰੋਂ ਗਾਹਾਂ ਜਾ ਕੇ ਨਹਿਰ ਅੱਡੇ ਵਾਲੀ ਸਾਈਡ ਆ, ਪਿਛਲੇ ਸਾਲ ਨਹਿਰ ਟੁੱਟ ਗਈ ਸੀਗੀ ਜੀ, ਉਹ ਫਿਰ ਸਰਪੰਚ ਸੀਗਾ ਸਾਡਾ ਜਥੇਦਾਰ ਜੀ, ਇਹਨਾਂ ਨੇ ਆ ਕੇ ਰੋਕ ਲਾਈ ਪਾਣੀ ਦੀ, ਫਿਰ ਸਾਨੂੰ ਸੱਦਿਆ, ਫਿਰ ਕੱਟ ਕੀਤਾ ਸੀ, JCB ਮਸ਼ੀਨਾਂ ਮੰਗਾਈਆਂ, ਕੁਛ ਅੱਡੇ ਵਾਲੇ ਨੇ ਭੇਜੀਆਂ, ਕੁਛ ਸਾਡੀ ਮਦਦ ਕੀਤੀ, ਫਿਰ ਜਾ ਕੇ ਅਸੀਂ ਪਾਣੀ ਰੋਕਿਆ, ਨਹੀਂ ਸਾਡਾ ਖੇਤਾਂ ਦੇ ਵਿੱਚ ਪਾਣੀ ਜਾ ਵੜਿਆ ਸੀਗਾ ਜੀ। ਪਹਿਲਾਂ ਆਹ ਸਾਰੇ ਪਹਿਲਾਂ ਕਿਸ਼ਤੀਆਂ ਲੈ ਕੇ ਆਹ ਅੱਕ ਹੁੰਦੇ ਹੀ ਨਹੀਂ ਸੀਗੇ, ਇਹ ਹੁਣ ਅੱਕ ਹੋਏ ਆ ਬਾਅਦ 'ਚ, ਜਦੋਂ ਹਟ ਗੌਰਮੈਂਟ ਨੇ ਹਟਾਤੇ ਆ, ਜਿਹੜੇ ਬੇਲਦਾਰ ਸੀਗੇ ਸੜਕਾਂ ਸਾਫ਼ ਕਰਦੇ ਸੀਗੇ, ਕਿਤੇ ਡੰਗਰ ਨਹੀਂ ਚੜ੍ਹ ਦਿੰਦੇ ਸੀਗੇ, ਹੁਣ ਜਿੱਥੇ ਹੁਣ ਡੰਗਰ ਹੈ ਨਹੀਂ ਗੇ ਅਤੇ ਹੁਣ ਆਹ ਅੱਕ ਹੋਣ ਲੱਗ ਗਏ। ਸੋ ਅੱਜ ਆਪਾਂ ਸਿਦਾਰ ਪਿੰਡ ਪਹੁੰਚੇ ਹਾਂ, ਅਬੋਰ ਬ੍ਰਾਂਚ ਇੱਥੇ ਨਹਿਰ ਜੋ ਆ ਇੱਥੇ ਆਪਾਂ ਖੜ੍ਹੇ ਹਾਂ, ਤੁਸੀਂ ਹਾਲਾਤ ਵੇਖ ਸਕਦੇ ਹੋ, ਬਹੁਤ ਹੀ ਮਾੜੇ ਹਾਲਾਤ ਹੋ ਚੁੱਕੇ ਨੇ, ਨਹਿਰ ਦੇ ਪਾਣੀ ਰੁਕਿਆ ਪਿਆ ਹੈ, ਵਿੱਚ ਕੂੜਾ ਹੀ ਕੂੜਾ ਨਜ਼ਰ ਆਉਂਦਾ ਹੈ। ਪਿੱਛੇ ਪਿੰਡ ਦੇ ਕਈ ਜਿਹੜੇ ਇੱਥੇ ਉਹਦੇ ਰਹਿਣ ਵਾਲੇ ਆ ਬਜ਼ੁਰਗ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਉਹਨਾਂ ਨੂੰ ਕਿਹੜੀਆਂ ਇੱਥੇ ਦਿੱਕਤਾਂ ਆਉਂਦੀਆਂ। ਸੋ ਸਭ ਤੋਂ ਪਹਿਲੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕਰਮਜੀਤ ਸਿੰਘ ਜੀ। ਕਰਮਜੀਤ ਜੀ, ਜਿਵੇਂ ਇਹ ਸੁਣਨ 'ਚ ਆਇਆ ਕਿ 140 ਸਾਲ ਪੁਰਾਣੀ ਇਹ ਨਹਿਰ ਹੈ, ਪਹਿਲੇ ਤਾਂ ਤੁਹਾਡੇ ਕੋਲੋਂ ਇਸ ਦਾ ਇਤਿਹਾਸ ਹੀ ਜਾਣਾਂਗੇ ਵੀ ਨਹਿਰ ਕਿਵੇਂ ਬਣੀ ਸੀ ਔਰ ਇਹਦਾ ਇਤਿਹਾਸ ਕੀ ਹੈ। ਇਹ ਜੀ ਨਹਿਰ ਜੋ ਆ ਬਹੁਤ ਪਹਿਲਾਂ ਅੰਗਰੇਜ਼ਾਂ ਤੋਂ ਵੀ ਪਹਿਲਾਂ ਦਾ, ਅੱਜ ਤੋਂ 140 ਸਾਲ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਇਹ ਨਹਿਰ ਪੱਟਣ ਵਾਸਤੇ ਆਏ ਸੀਗੇ। ਉਸ ਟਾਈਮ ਇੱਥੇ ਸਿਰਫ ਧਰਤੀ ਹੁੰਦੀ ਸੀ, ਉਹਨਾਂ ਨੇ ਆ ਕੇ ਪੱਟੀ ਨਹਿਰ, ਪੱਟਣ ਦੇ ਨਾਲ ਨਾਲ ਹੀ ਪਿਛਲੇ ਪਿੱਛੋਂ ਬੰਦੇ ਹੋਰ ਪੱਟਦੇ ਆਏ ਪਿੰਡਾਂ ਦੇ, ਇਹ ਆਹ ਏਰੀਆ ਸਾਡੇ ਬਜ਼ੁਰਗਾਂ ਦਾ ਪੱਟਿਆ ਹੋਇਆ, ਤਾਂ ਅਸੀਂ ਵੀ ਐਤੀਆਣਾ ਪਿੰਡ ਰਹਿੰਦੇ ਹੁੰਦੇ ਸੀਗੇ, ਸਾਡੇ ਬਜ਼ੁਰਗ ਉਹ ਐਤੀਆਣੇ ਪਿੰਡ ਤੋਂ ਫਿਰ ਇੱਥੇ ਆਏ, ਇੱਥੇ ਦਿਹਾੜੀ ਕਰਨ ਲੱਗ ਗਏ, ਉਹ ਮਜ਼ਦੂਰੀ ਕਰਨ ਤੋਂ ਬਾਅਦ ਫਿਰ ਇੱਥੇ ਹੀ ਉਹਨਾਂ ਨੇ ਬਸਿੰਦੇ ਕਰ ਲਏ, ਅਸੀਂ ਇੱਥੇ ਹੀ ਰਹਿਣ ਲੱਗ ਗਏ ਫਿਰ ਸਰਦਾਰ ਪਿੰਡ ਹੀ। ਸੋ ਇਹ ਬਹੁਤ ਪੁਰਾਣੀ ਲਹਿਰ ਆ ਜੀ, ਉਸ ਟਾਈਮ ਤਾਂ ਬਹੁਤ ਵਧੀਆ ਸੀਗਾ, ਉਸ ਤੋਂ ਬਾਅਦ ਜਦੋਂ ਸਾਡੇ
ਫਾਦਰ ਸਾਹਿਬ ਹੋਏ ਉਹਨਾਂ ਦੇ ਟਾਈਮ ਵੀ ਬਹੁਤ ਵਧੀਆ ਇੱਥੇ ਪਾਣੀ ਹੁੰਦਾ ਸੀ, ਸਾਡੇ ਟਾਈਮ ਵੀ ਪਾਣੀ ਵਧੀਆ ਸੀ, ਲੇਕਿਨ ਹੌਲੀ ਹੌਲੀ ਅੱਜ ਤੋਂ ਘੱਟੋ ਘੱਟ 20 ਸਾਲ ਪਹਿਲਾਂ ਇਹ ਪਾਣੀ ਖਰਾਬ ਹੋ ਚੁੱਕਿਆ। ਪਾਣੀ ਖਰਾਬ ਹੋਣ ਦੇ ਕਾਰਨ ਕੀ ਆ, ਪਿੱਛੇ ਤਾਂ ਸਾਨੂੰ ਇਹ ਨਹੀਂ ਪਤਾ ਕਿ ਫੈਕਟਰੀਆਂ ਦਾ ਪਾਣੀ ਇਹ 'ਚ ਪੈਂਦਾ ਕਿ ਨਹੀਂ, ਲੇਕਿਨ ਇਹ ਅਸੀਂ ਜ਼ਰੂਰ ਕਹਿ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜੋ ਕੂੜਾ ਕਰਕਟ ਸਿੱਟਣ ਨੂੰ ਕੋਈ ਜਗ੍ਹਾ ਹੈ ਨਹੀਂ, ਜੇ ਉਹ ਗੌਰਮੈਂਟ ਕੋਈ ਕੂੜਾ ਕਰਕਟ ਸਿੱਟਣ ਨੂੰ ਜਗ੍ਹਾ ਦੇਊ ਤਾਂ ਫਿਰ ਇਹਦੇ ਵਿੱਚ ਲੋਕ ਪਬਲਿਕ ਨਹੀਂ ਸਿੱਟਣਗੇ। ਹੁਣ ਪਬਲਿਕ ਨੂੰ ਵੀ ਮਜਬੂਰ ਹੋਣਾ ਪੈਂਦਾ ਕਿ ਇਹਦੇ ਵਿੱਚ ਜੋ ਕੂੜਾ ਕਰਕਟ ਸਿੱਟਿਆ ਜਾਵੇ। ਸੋ ਇਸ ਲਈ ਇਹਦਾ ਪਾਣੀ ਹੁਣ ਬਿਲਕੁਲ ਹੀ ਖਰਾਬ ਹੋ ਚੁੱਕਿਆ। ਅੱਜ ਤੋਂ 20-25 ਸਾਲ ਪਹਿਲਾਂ ਇਹ ਪਾਣੀ ਪੀਂਦੇ ਹੁੰਦੇ ਸੀ, ਜਦੋਂ ਕਿਤੇ ਬਾਹਰ ਅਸੀਂ ਵੀ ਜਦੋਂ ਮਜ਼ਦੂਰੀ ਕਰਨ ਜਾਂਦੇ ਜਾਂ ਕਣਕ ਵੱਢਣ ਜਾਂਦੇ ਸੀ ਤਾਂ ਇਹਦੇ ਵਿੱਚੋਂ ਪਾਣੀ ਪੀ ਲੈਂਦੇ ਹੁੰਦੇ ਸੀ, ਲੇਕਿਨ ਉਸ ਤੋਂ ਬਾਅਦ ਤਾਂ ਹੁਣ 20-25 ਸਾਲ ਤੋਂ ਤਾਂ ਹੁਣ ਇਹ ਬਿਲਕੁਲ ਹੀ ਗੰਦਾ ਹੱਥ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਕਿ ਇਹ 'ਚ ਪਾਇਆ ਜਾਵੇ ਕਿ ਕੋਈ ਇਨਫੈਕਸ਼ਨ ਨਾ ਕਰ ਜਾਵੇ। ਇਹ ਪ੍ਰੋਬਲਮਾਂ ਨੇ ਜੀ। ਜੇ ਕੋਈ ਨਹਿਰ ਵਿਭਾਗ ਦਾ ਵੈਸੇ ਤਾਂ ਕੋਈ ਆਦਮੀ ਅੱਜ ਤੱਕ ਆਇਆ ਨਹੀਂ, ਕੋਈ ਇੰਪਲਾਈਜ਼ ਕੋਈ ਆਇਆ ਨਹੀਂ ਇੱਥੇ ਵੀ ਹਾਂ ਵੀ ਤੁਸੀਂ ਕਿਉਂ ਇੱਥੇ ਕੂੜਾ ਸਿੱਟਦੇ ਹੋ। ਇਹ ਤਾਂ ਪਿੰਡ ਦੇ ਪਤਵੰਤੇ ਸੱਜਣ ਨੇ ਜਿਹੜੇ ਜੋ ਕਮੇਟੀਆਂ ਨੇ ਉਹੀ ਸਰਪੰਚ ਨੂੰ ਕਹਿੰਦੀਆਂ ਨੇ ਵੀ ਇੱਥੇ ਕੂੜਾ ਵਿੱਚ ਨਾ ਸਿੱਟੋ। ਸੋ ਇਸ ਲਈ ਇਹ ਕੂੜਾ ਜਗ੍ਹਾ ਜਗ੍ਹਾ ਬੋਰਡ ਲਵਾਏ ਸੀ ਕਿ ਕੂੜਾ ਨਾ ਸਿੱਟੋ, ਲੇਕਿਨ ਹੁਣ ਪਬਲਿਕ ਵੀ ਮਜਬੂਰ ਆ ਜੀ, ਪਿੰਡ ਦੇ ਵਾਸੀ ਮਜਬੂਰ ਨੇ, ਉਹ ਜਗ੍ਹਾ ਕਿੱਥੇ ਹੈ ਨਹੀਂ, ਜਗ੍ਹਾ ਨਹੀਂ ਕਿੱਥੇ ਸਿੱਟਣ। ਹੁਣ ਇਸ ਨੂੰ ਹੀ ਇੱਕ ਇਹ ਫਾਲਤੂ ਜਗ੍ਹਾ ਮੰਨ ਲਈ ਕਿ ਹਾਂ ਜੀ ਇਹ ਫਾਲਤੂ ਜਗ੍ਹਾ, ਚਲੇ ਇਹਦੇ ਵਿੱਚ ਸਿੱਟੀ ਜਾਓ। ਇਸ ਲਈ ਇਹ ਆ ਵੀ ਇਹਦੇ 'ਤੇ ਪਾਬੰਦੀ ਲਾਈ ਜਾਵੇ, ਕਿਤੇ ਜਿਹੜੇ ਪਬਲਿਕ ਆ ਇਹਨੂੰ ਜਗ੍ਹਾ ਦਿੱਤੀ ਜਾਵੇ, ਉਸ ਜਗ੍ਹਾ ਕੂੜਾ ਸਿੱਟਿਆ ਜਾਵੇ ਤਾਂ ਕਿ ਇਹਦਾ ਪਾਣੀ ਜੋ ਆ ਸਵੱਛ ਹੋ ਸਕੇ। ਇਹ ਕੋਈ ਇਹ ਨਹੀਂ ਜੀ ਸਧਾਰ ਪਿੰਡ 'ਚ ਹੀ ਰੱਖਿਆ ਜਾਵੇ, ਇਹ ਤਾਂ ਪਿੱਛੋਂ ਜਿੱਥੋਂ ਤੋਂ ਚੱਲੀ ਆ ਰਹੀ ਆ ਉੱਥੋਂ ਇਹ ਸ਼ੁਰੂ ਹੋਵੇ ਤਾਂ ਕਿ ਉਹ ਉੱਥੋਂ ਤੋਂ ਪਾਣੀ ਸਾਫ਼ ਹੁੰਦਾ ਹੁੰਦਾ ਅੱਗੇ ਸਾਫ਼ ਹੋ ਸਕੇ ਜੀ। ਇਹ ਇਹਦੇ ਨਾਲ ਤਾਂ ਬਿਮਾਰੀਆਂ, ਹੁਣ ਜਿਸ ਤਰ੍ਹਾਂ ਪਾਣੀ ਖੜ੍ਹਾ ਜੀ, ਇਹ ਖੜ੍ਹੇ ਪਾਣੀ ਨਾਲ ਤਾਂ ਬਿਮਾਰੀਆਂ ਫੈਲਣੀਆਂ ਨੇ ਜੀ। ਜਿਵੇਂ ਤੁਸੀਂ ਦੱਸਿਆ ਵੀ ਪਿੱਛੋਂ ਚੱਲਦੀ ਆ ਰਹੀ ਹੈ, ਕਿੱਥੋਂ ਦੀ ਚੱਲਦੀ ਆ ਰਹੀ ਹੈ ਇਹਨਾਂ? ਇਹ ਸਰਹੰਦ ਦੋ ਸਰਹੰਦ ਹੈ ਜੀ ਅਸਲੀ, ਇਹਦੇ ਨਾਂ ਤੋਂ ਸਰਹੰਦ ਤੋਂ ਨਿਕਲਦੀ ਆ, ਅਬੋਹਰ ਬ੍ਰਾਂਚ ਇਹਦਾ ਨਾਂ ਆ ਜੀ। 111,300 ਨੰਬਰ ਇਹਦਾ ਆ ਇੱਥੇ ਦਾ ਵਾ, 111,300 ਇਹਦਾ ਇੱਥੇ ਬੁਰਜੀ ਦਾ ਨੰਬਰ ਆ, ਠੀਕ ਹੈ ਨਾ। ਬਾਕੀ ਹੈ ਕਿ ਜਿਹੜਾ ਇਹਦਾ ਮੈਂਟੇਨੈਂਸ ਕੋਈ ਨਹੀਂ, ਜਦ ਤੋਂ ਮਤਲਬ ਕੀ ਆ ਇਹ ਨਹਿਰੀ ਡਿਪਾਰਟਮੈਂਟ ਬੰਦ ਹੋਇਆ, ਪਹਿਲਾਂ ਤਾਂ ਬਿਲਦਾਰ ਹੁੰਦੇ ਸੀਗੇ, ਆਉਂਦੇ ਸੀ, ਕਿਨਾਰੇ ਸੀਗੇ, ਕੱਟਦੇ ਸੀਗੇ, ਠੀਕ ਕਰਦੇ ਸੀ, ਮੈਂਟੇਨੈਂਸ ਕਰਦੇ। ਹੁਣ ਜਦ ਤੋਂ ਵੀ ਮਤਲਬ ਕੀ ਹੈ ਇਹ ਨਹਿਰੀ ਡਿਪਾਰਟਮੈਂਟ ਟੁੱਟ ਗਿਆ, ਉਸ ਤੋਂ ਇਹਦਾ ਕੋਈ ਮੈਂਟੇਨੈਂਸ ਨਹੀਂ। ਜਾਨਵਰ ਆ ਗਊ ਘਾਟ ਬਣਾਇਆ ਸੀਗਾ, ਪਸ਼ੂ ਆਉਂਦੇ ਸੀਗੇ, ਲੈ ਜਾਂਦੇ ਸੀਗੇ, ਪਾਣੀ ਪਿਲਾ ਕੇ ਜਾਂਦੇ ਸੀ, ਬਹੁਤ ਵਧੀਆ ਚੀਜ਼ ਸੀ। ਇੱਕ ਫਿਰ ਜਿਹਨਾਂ ਸਰਦਾਰ ਜੀ ਨੇ ਜਦੋਂ ਆ ਪੁਲ ਬਣਾਇਆ, ਇਹਨਾਂ ਨੇ ਇੱਕ ਗਊ ਘਾਟ ਹੋ ਉੱਥੇ ਅੱਗੇ ਬਣਾਇਆ ਸੀਗਾ, ਠੀਕ ਹੈ ਕਿ ਨਹੀਂ, ਉਹ ਵੀ ਬਹੁਤ ਵਧੀਆ ਸੀ, ਮਤਲਬ ਕਿ ਲੋਕ ਉੱਥੋਂ ਦੀ ਪਾਣੀ ਪਿਲਾਉਂਦੇ। ਹੁਣ ਕਈ ਇਹੋ ਜਿਹੇ ਜਗ੍ਹਾ ਤੋਂ ਸੀਗੇ ਜੇ ਜਾਨਵਰਾਂ ਨੇ ਮਤਲਬ ਕੀ ਆ ਪਾਣੀ ਪਿਲਾਉਣ ਆਉਂਦੇ ਸੀ, ਉਹ ਪਾਂਧੀ ਵੱਢ ਦਿੰਦੇ ਸੀ, ਫਿਰ ਉੱਥੇ ਕਈ ਵੀ ਮਤਲਬ ਐਕਸੀਡੈਂਟ ਵੀ ਹੋਏ ਆ ਉੱਥੇ। ਅਤੇ ਚਲੋ ਹੁਣ ਤਾਂ ਤਕਰੀਬਨ ਠੀਕ ਆ, ਜਦੋਂ ਦੇ ਆ ਪੱਥਰ ਸਿੱਟੇ ਆ, ਇਹਨਾਂ ਦੇ ਵਿੱਚ ਕਈ ਸਾਡੇ ਵੀਰਾਂ ਨੇ ਆਪਦੀ ਮਿਹਨਤ ਕਰਕੇ ਉਹ ਮਤਲਬ ਕੀ ਆ ਪੱਥਰਾਂ ਨੂੰ ਬਰਾਬਰ ਕਰਕੇ ਸੀਮੈਂਟ ਲਾ ਕੇ ਪਸ਼ੂਆਂ ਦੇ ਪੀਣ ਵਾਸਤੇ ਜਗ੍ਹਾ ਬਣਾ ਲਈ। ਅੱਛਾ, ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰ ਜਦੋਂ ਵੋਟਾਂ ਪੈਂਦੀਆਂ, ਇਲੈਕਸ਼ਨਸ ਹੁੰਦੇ ਆ, ਹੈ ਨਾ, ਤੇ ਸਰਕਾਰ ਦੇ ਜੋ ਬੰਦੇ ਹੁੰਦੇ ਆ, ਆਗੂ ਹੁੰਦੇ ਆ, ਉਹ ਬਥੇਰੀਆਂ ਇਲੈਕਸ਼ਨਸ ਦੇ ਵਾਸਤੇ ਵਾਅਦੇ ਕਰਕੇ ਜਾਂਦੇ ਆ ਲੋਕਾਂ ਨੂੰ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਤੁਹਾਡੇ ਵੱਲੋਂ ਕੋਈ ਮੰਗ ਨਹੀਂ ਕੀਤੀ ਗਈ ਵੀ ਸਾਡੀ ਨਹਿਰ ਇਸ ਤਰ੍ਹਾਂ ਹੋ ਚੁੱਕੀ ਹੈ? ਮੰਗ ਦੀ ਹੁਣ ਤੁਹਾਨੂੰ ਗੱਲ ਦੱਸਦੇ ਆ, ਜਿਹੜਾ ਮੈਂ ਪਹਿਲਾਂ ਦੱਸ ਚੁੱਕਿਆ, ਇੱਥੇ ਰੱਖੜਾ ਸਾਹਿਬ ਆਏ ਸੀਗੇ ਜੀ, ਉਦੋਂ ਅਕਾਲੀਆਂ ਦੀ ਸਰਕਾਰ ਸੀ, ਮੈਂ ਬੜਾ ਜ਼ੋਰ ਲਾਇਆ ਵੀ ਰੱਖੜਾ ਸਾਹਿਬ ਆਇਆ ਵੀ ਆਪਾਂ ਇਹਨਾਂ ਨੂੰ ਇਹ ਪੁਆਇੰਟ ਦੇਈਏ ਵੀ ਸਾਡੀ ਉੱਥੋਂ ਨਹਿਰ ਟੁੱਟਦੀ ਆ, ਵੀ ਇਹਦਾ ਕੋਈ ਹੱਲ ਕੀਤਾ ਜਾਵੇ, ਲੇਕਿਨ ਮੇਰਾ ਕਿਸੇ ਨੇ ਸਾਥ ਹੀ ਨਹੀਂ ਦਿੱਤਾ। ਜਦ ਉਹ ਉਸ ਟਾਈਮ ਨਹਿਰੀ ਡਿਪਾਰਟਮੈਂਟ ਦੇ ਸੀ, ਠੀਕ ਹੈ ਨਾ, ਉਹ ਨਹੀਂ ਨਹੀਂ ਛੱਡ ਯਾਰ ਕੈਪਟਨ ਸਾਹਿਬ, ਤੈਂ ਕੀ ਲੈਣਾ ਮੈਂ ਛੱਡ ਬਾਅਦ, ਚਲੋ ਕੁਛ ਨਹੀਂ ਹੋਇਆ। ਉਦੋਂ ਬਾਅਦ ਨਹਿਰ ਟੁੱਟੀ ਹੈ, ਟੁੱਟੀ ਆ, ਠੀਕ ਹੈ ਨਾ। ਪਿੰਡ ਬਾਹਰਲੇ ਪਿੰਡਾਂ ਦੇ ਲੋਕ ਆ ਕੇ ਰੌਲਾ ਪਾਉਂਦੇ ਸੀ, ਉਹ ਸੁਧਾਰ ਵਾਲੇ, ਉਹ ਤੁਹਾਡੀ ਨਹਿਰ ਟੁੱਟਦੀ ਆ ਦੇਖੋ। ਲੇਕਿਨ ਸਰਪੰਚ ਜਸਵਿੰਦਰ ਸਿੰਘ ਨੇ ਬੜਾ ਉੱਦਮ ਕੀਤਾ ਵਿਚਾਰੇ ਨੇ, ਮੈਂ ਉਹਨਾਂ ਦੀ ਗੱਲ ਬੇਸ਼ੱਕ ਇੱਥੇ ਨਹੀਂ ਹੈ, ਘਰੇ ਹੋਣਗੇ ਉਹ, ਉਹਨਾਂ ਨੇ ਬੜਾ ਮਤਲਬ ਇਹ ਉਪਰਾਲਾ ਕੀਤਾ ਕਿ ਜਿਹੜੀ ਇਹ ਅੰਦਰੋਂ ਡੈਂਪਰ ਆਏ ਉਹ ਲਿਆ ਕੇ ਇੱਥੇ ਸਟਾਇਆ, ਸਾਨੂੰ ਫਾਇਦਾ ਮਿਲਿਆ, ਬੈਨੀਫਿਟ ਮਿਲ ਗਿਆ ਇਹਦਾ, ਸਾਡੇ ਕਿਨਾਰੇ ਪੱਕੇ ਹੋ ਗਏ, ਠੀਕ ਹੈ। ਜੇ ਹੁਣ ਵੀ ਇਸ ਨੂੰ JCB ਲਾ ਕੇ ਠੀਕ ਕੀਤਾ ਜਾਵੇ, ਬਹੁਤ ਵਧੀਆ ਚੀਜ਼, ਠੀਕ ਹੈ ਨਾ। ਅਸੀਂ ਤਾਂ ਇਹ ਵੀ ਕਿਹਾ ਸੀਗਾ ਜਦੋਂ ਹੁਣ ਉਹ ਉੱਥੇ
अपना बिजली दफ्तर बनिया बिजली घर बनिया उतों वह दस बेर वह टुट चुके दस बार टुटिया। मैं उन्हां कोले भी जाके कहना मैं क्या भाई साहब तुसी इंजीनियर हो ये दस बार टुट गया इनू किसे हिसाब ना बनाओ हर बार तुहाडा पानी आए डाइवर्स करो इन जिहड़ी इनू कंध नू बनाउने हो इनू थोड़ी लंबी कर दो जिहड़ा पानी जाके सीधा कंध ही लगदा उत्थों टुटदी है। सरदार जी गल तां तुहाडी ठीक तुसी तां यार इंजीनियर हो चलो असीं भी फौज च मैं क्या 34 साल लाए आ यही काम करदे आए हाँ ठीक है ना अहीं तुहानू इक सुझाव दिंदे आ तुसी इन्ना इहदे ते खर्चा करदे हो इहदा कोई फायदा नहीं। हुण उह उन्हां ने की कीता उह दीवार अगे डाइवर्स कीती जदों अज तो पहला एक पानी दे अजकल पानी का जिहड़ा जे इहनू स्वच्छ हो जाए तो बहुत वधिया पहला जिन्ने भी पिंड वासी हुंदे सीगे सारे जिहड़े जिन्ने भी तकरीबन सारे घरां दे जो लेडी सी उह कपड़े जिहड़ियां इहनां इस नहर तों धोण आउंदियां सी ਉਹ ਘਾਟ ਬਣਿਆ ਹੋਇਆ ਉੱਥੇ ਕੱਪੜੇ ਧੋਂਦੀਆਂ ਸੀ ਫਿਰ ਹੁਣ ਪਾਣੀ ਉਦੋਂ ਬਾਅਦ ਪ੍ਰਦੂਸ਼ਣ ਫੈਲਣ ਪ੍ਰਦੂਸ਼ਿਤ ਹੋਣ ਤੋਂ ਬਾਅਦ ਹੁਣ ਉੱਥੇ ਕੱਪੜੇ ਵੀ ਨਹੀਂ ਧੋਤੇ ਜਾਂਦੇ ਕਿਉਂਕਿ ਪਾਣੀ ਖਰਾਬ ਨਹੀਂ ਖਰਾਬ ਆ ਤਾਂ ਫਿਰ ਪਾਣੀ ਜੇ ਪਾਣੀ ਸਵੱਛ ਹੋ ਜਾਏ ਤਾਂ ਘੱਟੋ ਘੱਟ ਜਿਹੜਾ ਪਾਣੀ ਆਪਣਾ ਪੀਣ ਵਾਲਾ ਵੇਸਟ ਹੋ ਰਿਹਾ ਉਹ ਪੀਣ ਵਾਲੇ ਪਾਣੀ ਦੇ ਵੇਸਟੇਜ ਤਾਂ ਉਨੀ ਕੁ ਤਾਂ ਬਚੇ ਕਿ ਹਾਂ ਆਪਾਂ ਚਲੋ ਕੱਪੜੇ ਤਾਂ ਇੱਥੇ ਧੋ ਸਕੀਏ ਪਹਿਲਾਂ ਜੋ ਕਿ ਧੋਂਦੇ ਰਹੇ ਹਾਂ ਅੱਜ ਤੋਂ 20-25 ਸਾਲ ਪਹਿਲਾਂ ਧੋਂਦੇ ਰਹੇ ਹਾਂ। ਅੱਛਾ ਇੱਕ ਸਵਾਲ ਜਿਵੇਂ ਇਹਨਾਂ ਨੇ ਕਿਹਾ ਵੀ ਮੈਂ ਕਿਹਾ ਸੀਗਾ ਕਿ ਗੱਲ ਕਰਦੇ ਹਾਂ ਹੈ ਨਾ ਅਤੇ ਕਿਸੇ ਵੀ ਪਿੰਡ ਵਾਸੀ ਨੇ ਸਾਥ ਨਹੀਂ ਦਿੱਤਾ ਕੀ ਸੋਚਦੇ ਤੁਸੀਂ ਇਸ ਚੀਜ਼ ਦੇ ਉੱਤੇ ਵੀ ਸਾਥ ਕਿਉਂ ਨਹੀਂ ਮਿਲਿਆ ਇਹਨਾਂ ਨੂੰ? ਮੈਡਮ ਇਸ ਤਰ੍ਹਾਂ ਵਾ ਨਾ ਕਿ ਉਸ ਟਾਈਮ ਕਈ ਪੋਲੀਟੀਕਲ ਬੰਦੇ ਜਿਸ ਤਰ੍ਹਾਂ ਇੱਥੇ ਆਪਾਂ ਆਹ ਸਾਡੇ ਪਤਵੰਤ ਦੇ ਸੱਜਣ ਬੈਠੇ ਆ ਇਹ 'ਚ ਹੋ ਸਕਦਾ ਕਿ ਇੱਕ ਪਾਰਟੀ ਦੇ ਬੈਠੇ ਹੋਣ ਰੱਖੜਾ ਸਾਹਿਬ ਦੇ ਬੰਦੇ ਬੈਠੇ ਹੋਣ ਉਹ ਕਹਿੰਦੇ ਹੋਣ ਵੀ ਹਾਂ ਯਾਰ ਆਪਾਂ ਕਾਹਨੂੰ ਰੱਖੜਾ ਸਾਹਿਬ ਅਸੀਂ ਤਾਂ ਬੁਲਾ ਕੇ ਲਏ ਆ ਇਹਨਾਂ ਨੂੰ ਕਿਉਂ ਪੁਆਇੰਟ ਪੁੱਟਅਪ ਕਰੀਏ ਜੇ ਅਪੋਜੀਸ਼ਨ ਪਾਰਟੀ ਦੇ ਜਾਂ 4 ਬੰਦੇ ਹੋਣਗੇ 4 ਬੰਦੇ ਮਿਲ ਕੇ ਇਹਨਾਂ ਨਾਲ ਜਾ ਕੇ ਗੱਲ ਕਰ ਸਕਣਗੇ ਵੀ ਹਾਂ ਜੀ ਠੀਕ ਆ ਆਪਾਂ ਗੱਲ ਕਰਦੇ ਵੀ ਚਲੋ ਆਊਟ ਕੈਪਟਨ ਸਾਹਿਬ ਹੋ ਸਕਦਾ ਵੀ ਉਸ ਟਾਈਮ ਪੋਲੀਟੀਕਲ ਬੰਦੇ ਵਿੱਚ ਬੈਠੇ ਹੋਣ ਉਹਨਾਂ ਨੇ ਮਨਾ ਕਰਤਾ ਹੋਣਾ ਅਸੀਂ ਤਾਂ ਉਸ ਟਾਈਮ ਨਹੀਂ ਸੀਗੇ ਅਸੀਂ ਇਹਦੇ ਬਾਰੇ ਕੋਈ ਦੱਸ ਨਹੀਂ ਸਕਦੇ ਨਾ ਹਾਂਜੀ ਅਤੇ ਵੈਸੇ ਇਹਨਾਂ ਦਾ ਪੁਆਇੰਟ ਠੀਕ ਆ ਜੇ ਕੋਈ ਆਵੇ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਇਹਦੇ ਬਾਰੇ ਐਸੀ ਗੱਲ ਨਹੀਂ ਇਨ ਫਿਊਚਰ ਜੇ ਕੋਈ ਐਸਾ ਹੋਊ ਤਾਂ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਐਸੀ ਗੱਲ ਨਹੀਂ ਹੁਣ ਵੀ ਸਾਥ ਦਿੰਦੇ ਹਾਂ ਨਾਲ ਜਾਂਦੇ ਹਾਂ ਜਿੱਥੇ ਵੀ ਜਾਣਾ ਕੋਈ ਹੈ ਪ੍ਰੋਬਲਮ ਜਾਂਦੇ ਹਾਂ ਜੀ। ਆਪਣੇ ਡਾਕਟਰ ਅਮਰ ਸਿੰਘ MP ਸੀਗੇ ਉਹਨਾਂ ਨੇ ਕਾਲਜ ਵਾਲਾ ਜਿਹੜਾ ਸੂਆ ਵਾ ਉਹਨਾਂ ਨੇ ਪੱਕਾ ਕਰਾ ਬੜਾ ਗੰਦ ਸੀ ਉਹਦੇ 'ਚ ਪੂਰੇ ਬਾਜ਼ਾਰ ਦਾ ਗੰਦ ਸੀ ਉਹਦੇ 'ਚ ਅੱਜ ਉਹ ਸੂਆ ਤੁਸੀਂ ਜਾ ਕੇ ਜਾਂਦੇ ਸਮੇਂ ਨਾ ਥੋੜ੍ਹਾ ਜਿਹਾ ਚੈੱਕ ਕਰ ਲਿਓ ਉਹਨਾਂ ਨੇ ਪੱਕਾ ਕਰਾ ਤਾ ਉਹਨਾਂ ਦੀ ਦਿਲੋਂ ਖੁਆਇਸ਼ ਸੀ ਬਈ ਇਹ ਅੱਜ ਤੋਂ 10-15 ਸਾਲਾਂ ਨੂੰ ਇਹ ਜਿਹੜਾ ਪਾਣੀ ਆ ਨਾ ਤੁਸੀਂ ਇਹ ਪੀਆ ਕਰੋਗੇ ਠੀਕ ਹੈ ਨਾ ਕਹਿੰਦਾ ਵੀ ਮੇਰੀ ਦਿਲੋਂ ਚੁਆਇਸ ਸੀਗੀ ਕਹਿੰਦਾ ਵੀ ਮੈਂ ਇਹ ਜਿਹੜਾ ਸੂਆ ਪੱਕਾ ਕਰਨਾ ਉਹਨਾਂ ਨੇ ਪੱਕਾ ਕਰਤਾ ਅੱਜ ਸੀਮੈਂਟਡ ਕੀਤਾ ਹੋਇਆ ਜਿੰਨੀ ਗੰਦਗੀ ਸੀ ਕਿਨਾਰਿਆਂ 'ਤੇ ਵਿੱਚ ਸੀਗੀ ਸਾਰੀ ਸਾਫ਼ ਕਰਕੇ ਉਹ ਸੀਮੈਂਟਡ ਕਰਤੀ। ਸਾਡੇ ਇੱਥੇ ਆਮ ਇਜਲਾਸ ਹੋਇਆ ਆਮ ਇਜਲਾਸ ਦੇ ਵਿੱਚ ਮੈਂ ਰਿਕੁਐਸਟ ਕਰਕੇ ਅੱਧਾ ਘੰਟਾ ਲਿਆ BDPO ਸਾਹਿਬ ਵੀ ਆਏ ਸੀਗੇ ਸੈਕਟਰੀ ਸਾਹਿਬ ਵੀ ਸੀ ਬਾਕੀ ਸਰਪੰਚ ਸਾਹਿਬ ਹੋਰ ਸਾਰੀ ਪੰਚਾਇਤਾਂ ਜਿੰਨੀਆਂ ਪੁਰਾਣੀਆਂ ਉਹ ਵੀ ਬੈਠੀਆਂ ਸੀ। ਮੈਂ ਉਹਨਾਂ ਨੂੰ ਇਹੀ ਗੱਲ ਕਹੀ ਦੇਖੋ ਜੀ ਇਹ ਨਹਿਰ ਦਾ ਪਾਣੀ ਹੈ ਨਾ ਜਿਹੜਾ ਅਸੀਂ ਲੋਕਾਂ ਨੂੰ ਸਾਫ਼ ਕਰਕੇ ਫੌਜ ਦੇ ਨਾਤੇ ਅਸੀਂ ਇਹਨਾਂ ਨੂੰ ਪਿਲਾਉਂਦੇ ਹਾਂ ਰਾਜਸਥਾਨ 'ਚ ਵੀ ਲੋਕ ਪੀਂਦੇ ਆ ਇੱਧਰ ਵੀ ਪੀਂਦੇ ਆ ਪਲੀਜ਼ ਕਿਰਪਾ ਕਰਕੇ ਜਿੰਨੀਆਂ ਬੀਬੀਆਂ ਨੇ ਬੱਚਿਆਂ ਦੇ ਡੈਪਰ ਆ ਹੋਰ ਗੰਦਗੀ ਆ ਸਾਰੀ ਤੁਸੀਂ ਵੇਚਣਾ ਸੁੱਟੋ ਇਹ ਬੇਨਤੀ ਆ ਮੇਰੀ ਠੀਕ ਹੈ ਨਾ ਇਹ ਮੇਰਾ ਇਕੱਲੇ ਦਾ ਨਹੀਂ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਠੀਕ ਹੈ ਨਾ ਪਰ ਕੋਈ ਸੁਣਦਾ ਹੀ ਨਹੀਂ। ਹੁਣ ਮੈਂ ਇੱਥੋਂ ਕਈ ਵਾਰ ਗਿਆ ਮੈਂ ਖੁਦ ਮੈਨੂੰ ਕਹਿੰਦੇ ਯਾਰ ਤੂੰ ਬੁਰਾ ਬਣੇਗਾ ਮੈਂ ਕਿਹਾ ਮੇਰੇ ਕੋਈ ਜਿਹੜਾ ਡਾਂਗ ਮਾਰੂ ਮਾਰ ਦਿੰਦੇ ਜਿੱਦਾਂ ਹੁਣ ਆਹ ਸਿੱਟਦਾ ਸੀ ਇੱਕ ਦਿਨ ਇੱਥੇ ਗੱਡੀ ਵਾਲਾ ਖੜਿਆ ਉਹ ਸਿੱਟਣ ਲੱਗ ਗਿਆ ਮੈਂ ਕਿਹਾ ਕੀ ਗੱਲ ਆ ਭਾਈ ਰੇੜੇ ਵਾਲਾ ਸਿੱਟਣ ਲੱਗ ਗਿਆ ਮੈਂ ਉੱਥੋਂ ਦਬਕਾ ਮਾਰਿਆ ਭੱਜ ਗਿਆ। ਹੁਣ ਇਹ ਵੀ ਇੱਕ ਆਏ ਸੀਗੇ ਉਹ ਕੂੜਾ ਸੁੱਟ ਰਹੇ ਸੀਗੇ ਹੈ ਨਾ ਅਤੇ ਤੁਹਾਡੇ ਵੱਲੋਂ ਰੋਕਿਆ ਗਿਆ ਕਹਿਣ ਤੋਂ ਬਾਅਦ ਅਤੇ ਮਤਲਬ ਮੈਂ ਇੱਕ ਚੀਜ਼ ਵੇਖੀ ਹੈ ਵੀ ਤੁਸੀਂ ਇੱਥੇ ਸਾਰੇ ਖੜ੍ਹੇ ਪਏ ਸੀਗੇ ਅਤੇ ਉਹ ਸੁੱਟ ਕੇ ਜਾ ਰਹੇ ਸੀਗੇ ਵੀ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਜਦਕਿ ਉੱਥੇ ਬੋਰਡ ਲੱਗਾ ਪਿਆ ਵੀ ਕੂੜਾ ਨਹੀਂ ਸੁੱਟਣਾ ਹੈ ਇੱਦਾਂ ਕਿਉਂ? ਹੋ ਸਕਦਾ ਕਿ ਉਹ ਮਜ਼ਦੂਰ ਕਿਸੇ ਤਕੜੇ ਬੰਦੇ ਦਾ ਹੋਵੇ ਉਹ ਇੱਥੇ ਆ ਕੇ ਸਾਨੂੰ ਗਾਲਾਂ ਕੱਢੂਗੀ ਤੁਸੀਂ ਮੇਰਾ ਬੰਦਾ ਕਿਉਂ ਰੋਕ ਲਿਆ ਜੇ ਤਾਂ ਇੰਡੀਵਿਜੁਅਲ ਬੰਦਾ ਆਪ ਹੋਵੇ ਉਹਨੂੰ ਅਸੀਂ ਰਿਕੁਐਸਟ ਕਰ ਸਕਦੇ ਹਾਂ ਵੀ ਹਾਂ ਭਾਈ ਇੱਥੇ ਨਾ ਸਿੱਟੋ ਪ੍ਰਵਾਸੀ ਨੂੰ ਕੀ ਕਹਾਂਗੇ ਇਹ ਪ੍ਰੋਬਲਮ ਸਭ ਤੋਂ ਵੱਡੀ ਆ। ਉਹ ਜਿੱਥੇ ਨਾ ਵੱਡੀ ਬਿਲਡਿੰਗ ਬਣੀ ਹੋਈ ਆ
चार दुकाना ने उतों लेडीज आउंदियां सीगियां बच्चे आउंदे सी लिफाफे लिआउंदे सी लिया कि मजाक नहीं है मैं हकीकत दस रहा वा उन्होंने ना लिया के इत्थे कचरा सिटना मैं कहा मैं वीडियो बनाउणा वीडियो बना के डीसी नूं भेजूंगा और तुहाडे दे एक्शन नूं उदां ही लिफाफे लैके मुड़ जांदियां सी बुढ़िया भी वो बच्चे भी जे आपां कहांगे ताजी है ना अज कोई नहीं आउंदा उत्थों कोई भी बच्चा नहीं आता कोई जनानी नहीं आती इधर मतलब एफर्ट्स करन दी सब नो लोड है एफर्ट्स करन दी लोड है ना जी बाबा जी थानू एक सवाल है भी जिवें उन्होंने कहा भी साथ नहीं मिलिया कोशिश की गई सी भी आ चीज़ां नू रोकया जा सके है ना जो राखड़ा साहब आए सीगे क्यों साथ नहीं मिलिया पिंड वासियां वालों ये थोड़ा जा जानना मैं तकरीबन उस टाइम तो बाहर ही सीगा अरब कंट्री आदे कम करे कम करते सीगा चलो बई आप बहुत माड़ी गल आ बी सारे पिंड नूं साथ देना चाहिए जे पानी अपने सफाई गांह मिले पानी किया हो गांह पीण भी सारा सारी चीज़ा जिमें डंगर पशु पीते पानी चज चंगी तरह उहदी नाल सेहत ठीक रहे पर हुण जदों कोई सफाई करता ही नहीं गा हुण देखो देख सड़दे जिहड़ा तुसीं सट्टण वाली गल करिओ देखो देख सड़दे आ जे इत्थे गौरमेंट पाबंदी ला दे इत्थे जिहड़ा सट्टूगा असीं उहनूं फैन मारांगे सरकार कोलो क्यों इन्नी इह मंग कीती गई भी पाबंदी लगाई जावे पिंड दे विच कोई करना ही नहीं जी कोई मूहरे नहीं आ के राजी डरदे सब आपां आपणी पार्टियां डरदे आ अच्छा हुण जदों अगली वारी इलैक्शन आणगे तुसीं खड़े होवोगे सारे इकट्ठे हाँ जी इत्थे मेरे हुंदे मैनूं 15 साल हो गए पेंशन आए नूं मेरे टाइम दे विच तीन पंचायतां आईयां मैं तिना पंचायतों नूं बेनती कीती रिक्वेस्ट की बई साढ़े तीन चार मुद्दे आई वो हल होने चाहिए हाँ जी कद वोटा तुम तो लो अं तुम वोटा पावे कि मैं क्या जी पहली गल तो भी जिन्ना साडा गरीब वर्ग है बाकी तो पैलसा च करवाए ब्याह शादी जो कोई गरीब आ नहीं करवा सकता भी आ जगह साढ़े पक्की हो जाए आता हूँ साढ़े तीन चार बंदे एक्स सर्विसमैन सी उन्होंने बाकी साढ़े पिंड के बंद ने एन आर आई सी मतलब की है अपने जिमीदार भरा से इन्हों के सहयोग ना आ चौंता बन गया जी 70-80 हज़ार रुपया लाया 40-45 हज़ार रुपया शैड ला बना बैठन नगर कीर्तन आते इतने आनंदपुर साहब का नगर कीर्तन आया इतने स्टे हों गुरु गोबिंद सिंह जी का आना 8 तरीक न स्टे हों इत प्रोग्राम होंगे हो तक दे लो फर्श नहीं जी नहर नू कौन पुछदा नहर नू कोई नहीं पुछदा ये तो साढ़े हुण बैठे ही आ बंदे आ जिहड़े हुण आ टाइलां लगियां ने इन्हां दे सहयोग नाल जाके लैके आए आ उत्थों पुच्चो तों ठीक है ना फर्श लाया इट्टां असीं मिल गईयां सानू सीमेंट मिल गया चल ये लाता ठीक है असीं ये कहने भी सहयोग दिओ ठीक है हुण आ देखो तुहाडे पिछे आह देख लो ट्रांसफार्मर आ ये देखो पिलर टुट्टिया होया मैं 10 बारी कहा बई भाई इस बंद ट्रांसफार्मर नू तुसी सर किन्हां नू कहा तुम दस देना इत्थे बई आपां इक एप्लीकेशन हाँ सलाह की बई आपां इक एप्लीकेशन दे दिए देखो मेरे लाइजिंग है अपने इलैक्ट्रिसिटी बोर्ड बई उन्होंने आप गलबात करके बी ना तो यह खंभा बदल जूगा एक खंभा साडा पिछे आ ये चाके ट्रांसफार्मर पिछे हो जाए सानू ये जगह खुली हो जूगी वो यार ये होना नहीं मैं क्या क्यों नहीं होना आप एप्लीकेशन तो दो ठीक है ना हूँ उत्थे जी आ जेई आ एस डी ओ आना गल करा उन्होंने नहीं गल करा आप उपर गल कर लाँगे कुछ तो हल होगा ठीक है ना जब असी इतने असी 1 लाख रुपया लाता कि चल साडा 20-25 हज़ार रुपया होर लग जू डोनेट करके असी इनू चुका देंगे इतों माड़ा जहा पिछे चला जाऊगा देखो आ पिछे आ जगह खाली है मतलब कोई कोऑपरेट नहीं करता जे कोई कोऑपरेट करे ना फिर कोई दिक्कत नहीं है सो ए ओ पोलिया जड़ा तस गया सीगा विच नू टुट गया सीगा जिनू हुण ठीक भी करवाया गया पिंड वासियां वल्लों भी बथेरे जतन किए गए सीगे इस नू ठीक करन दे लई सो इत्थे आपां इस गल नू अग्गे लैके चलदे इस मुद्दे नू अग्गे लैके चलदे इत्थे साडे नाल मौजूद ने सत श्री अकाल सर की नाम है तुहाडा सत श्री अकाल जी जसविंदर सिंह जी जी इत्थों दे रहण वाले हो हां जी सुधार दे अच्छा तुहानू पहले तो मैं ये जानना चाहवांगी भी आ जो नहर है इस दे जो हालात बने हुए आ नहरा जो सुक दिया जा रहे हैं इतने तुसी बचपन भी कढ़िया होगा अपना है ना पहले तो थोड़े बचपन किवें दा रहा इस नहर दे नाल ते हुण जो इस दे हालात है इस दे बारे की सोचदे हो तुसी जिहड़ी नहर सी की कहना जी पहलों मान लो गल जदों साडी 17-18 साल दी उम्र सी हुण मान लो 46-47 साल दी उम्र हो गई जी
ਉਹ ਜਦੋਂ ਇਹ ਪਾਣੀ ਹੁੰਦਾ ਸੀਗਾ ਜੀ ਨਹਿਰਾਂ ਦੇ ਵਿੱਚ ਅਸੀਂ ਆਹੀ ਪੁਲ ਹੁੰਦਾ ਸੀਗਾ ਉਹ ਪੁਲ ਬਾਅਦ 'ਚ ਵਿੱਚ ਬਣਿਆ ਵਾ ਇਹਦੇ ਵਿੱਚ ਅਸੀਂ ਨਹਾਉਣਾ ਇੰਨਾ ਪਾਣੀ ਸਾਫ਼ ਹੁੰਦਾ ਸੀਗਾ ਬਹੁਤ ਜਾ ਕੇ ਪਾਣੀ ਸਾਫ਼ ਹੁੰਦਾ ਸੀਗਾ ਕੋਈ ਚੀਜ਼ ਵਿੱਚ ਅਸੀਂ ਸੁੱਟ ਦੇਣੀ ਜਾਂ ਰੁਪਈਆ ਸੁੱਟ ਦੇਣਾ ਸੀ ਐਂ ਖੜਕ ਹੀ ਦੇਖ ਲੈਣਾ ਵੀ ਰੁਪਈਆ ਚਮਕਦਾ ਵਾ ਪਿਆ ਰੁਪਈਆ ਅਸੀਂ ਵਿੱਚੋਂ ਛਾਲ ਮਾਰ ਕੇ ਰੁਪਈਆ ਵਿੱਚੋਂ ਕੱਢ ਲੈਣਾ ਜੀ ਹੁਣ ਅੱਜ ਹੁਣ ਨਹਿਰ ਆਉਂਦੀ ਹੈ ਜਾਂ ਪਾਣੀ ਆਉਂਦਾ ਜਾਂ ਫੈਕਟਰੀਆਂ ਦਾ ਪਾਣੀ ਰੱਬ ਜਾਣੇ ਜੀ ਕਿਹੜਾ ਗੰਦਾ ਮੰਦਾ ਆਪਣੇ ਨਹਿਰਾਂ ਦਾ ਜਾਡੀ ਗੱਲ ਸਾਡੀ ਸੁਰਤ ਸੰਭਲੀ ਆ ਜੀ ਨਾ ਤਾਂ ਨਹਿਰ ਦੀ ਸਫਾਈ ਹੋਈ ਆ ਕਿਤੇ ਇਹ ਤਾਂ ਕੰਮ ਹੀ ਨਹੀਂ ਹੋਇਆ ਵੀ ਸਫਾਈ ਹੋ ਗਈ ਸਾਨੂੰ ਤਾਂ ਪਤਾ ਨਹੀਂ ਗਾ ਵੀ ਹੋਈ ਹੈ ਜਦ ਉਵੇਂ ਅਸੀਂ ਤੁਰੇ ਹੁੰਦੇ ਹਾਂ ਉਵੇਂ ਨਹਿਰਾਂ ਹੱਡੀਆਂ ਚੱਲੀ ਜਾਂਦੀਆਂ ਨੇ ਮਹਾਰਾਜ ਦੀ ਕਿਰਪਾ ਨਾਲ ਇੱਕ ਜਿਹੜਾ ਗਰਿੱਡ ਚੱਲਦਾ ਵਾ ਆਪਣੇ ਬਣਿਆ ਹੈ ਜੀ ਕਲਾਰੀ ਜਦੋਂ ਗਰਿੱਡ ਦੇ ਮੂਹਰਿਓ ਰੋਕ ਲੱਗਦੀ ਆ ਪਾਣੀ ਦੀ ਮਗਰ ਪਾਣੀ ਦਾ ਚੜਾਅ ਬਹੁਤ ਜ਼ਿਆਦਾ ਹੋ ਜਾਂਦਾ ਜੀ ਉੱਧਰੋਂ ਗਾਹਾਂ ਜਾ ਕੇ ਨਹਿਰ ਅੱਡੇ ਵਾਲੀ ਸਾਈਡ ਆ ਪਿਛਲੇ ਸਾਲ ਨਹਿਰ ਟੁੱਟ ਗਈ ਸੀਗੀ ਜੀ ਉਹ ਫਿਰ ਸਰਪੰਚ ਸੀਗਾ ਸਾਡਾ ਜਥੇਦਾਰ ਜੀ ਇਹਨਾਂ ਨੇ ਆ ਕੇ ਰੋਕ ਲਾਈ ਪਾਣੀ ਦੀ ਫਿਰ ਸਾਨੂੰ ਸੱਦਿਆ ਫਿਰ ਕੱਟ ਕੀਤਾ ਅਸੀਂ ਜੇ ਸੀ ਵੀ ਮਸ਼ੀਨਾਂ ਮੰਗਾਈਆਂ ਕੁਛ ਸੱਡੇ ਵਾਲੇ ਨੇ ਭੇਜੀਆਂ ਕੁਛ ਸਾਡੀ ਮਦਦ ਕੀਤੀ ਫਿਰ ਜਾ ਕੇ ਅਸੀਂ ਪਾਣੀ ਰੋਕਿਆ ਨਹੀਂ ਸਾਡਾ ਖੇਤਾਂ ਦੇ ਵਿੱਚ ਪਾਣੀ ਜਾ ਵੜਿਆ ਸੀਗਾ ਜੀ ਹਾਂਜੀ ਹੁਣ ਮਾਲਾ ਗੱਲ ਨਾ ਤਾਂ ਜੀ ਨਹਾਉਣ ਨੂੰ ਜੀ ਕਰਦਾ ਨਾ ਮੱਝਾਂ ਨੂੰ ਪਾਣੀ ਪਿਆਉਣ ਨੂੰ ਜੀ ਲੈ ਕੇ ਆਉਂਦਾ ਵਾ ਘਰੇ ਅਸੀਂ ਪਾਣੀ ਪਿਉਂਦਾ ਨਹੀਂ ਅੱਗੇ ਮੱਝਾਂ ਸਾਡੀਆਂ ਨਹਿਰ ਦੇ ਵਿੱਚ ਆਰਾਮ ਨਾਲ ਪਾਣੀ ਪੀ ਲੈਂਦੇ ਇੰਨਾ ਪਾਣੀ ਸਾਫ਼ ਸੀ ਹੁਣ ਮੱਝਾਂ ਵੀ ਪਾਣੀ ਨਹੀਂ ਪੀਂਦੇ ਜੀ ਡੰਗਰ ਇੰਨਾ ਬੁਰਾ ਹਾਲ ਆ ਨਹਿਰ ਦਾ ਪਾਣੀ ਦਾ ਬਹੁਤ ਗੰਦਗੀ ਪਾਣੀ ਦਾ ਹੋਇਆ ਹੋਇਆ ਵਾ ਜੀ ਸਰਕਾਰ ਦੇ ਜੋ ਲੀਡਰ ਆਉਂਦੇ ਨੇ ਇੱਥੇ ਖੱਤਿਆਂ ਨੂੰ ਅਸੀਂ ਪਾਣੀ ਲਾਉਂਦੇ ਹਾਂ ਖੇਤਾਂ ਦਾ ਸਾਡਾ ਪਾਣੀ ਇਹੀ ਜਾਂਦਾ ਜੀ ਕੂੜਾ ਕਾਕਰ ਜਿਵੇਂ ਲਿਫਾਫੇ ਆ ਨੱਕਿਆਂ ਦੇ ਵਿੱਚ ਸਾਨੂੰ ਪਤਾ ਸਾਡਾ ਕਿਤੇ ਕੱਸੀ ਦਾ ਮੋਗੇ 'ਚ ਫਸ ਜਾਣਾ ਸਾਡਾ ਸੂਆ ਟੁੱਟ ਜਾਂਦਾ ਸੀਗਾ ਲਿਫਾਫਾ ਫਸ ਜਾਣਾ ਕੋਈ ਨਾਰੀਅਲ ਆ ਸੁੱਟ ਦੇਣੀ ਗੇ ਵਿੱਚ ਜੀ ਉਹ ਰੁੜ ਕੇ ਸੂਇਆਂ 'ਚ ਆ ਜਾਂਦੇ ਸੀਗੇ ਜੀ ਉਹਦੇ ਕਰਕੇ ਸਾਡਾ ਪਾਣੀ ਸੂਆ ਜਿੱਥੇ ਮੋਗਾ ਵਾ ਮੋਗੇ ਦੇ ਵਿੱਚ ਜਾ ਕੇ ਫਸ ਜਾਣਾ ਮਗਰ ਅਸੀਂ ਦੇਖਣ ਜਾਂਦੇ ਸਾਡਾ ਸੂਆ ਟੁੱਟ ਜਾਣਾ ਸਾਡੀਆਂ ਬਾਰੀਆਂ ਨਿਕਲ ਜਾਂਦੀਆਂ ਇਹੋ ਜਿਹਾ ਸਾਡਾ ਹਾਲ ਆ ਤੁਹਾਡੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਇਸ ਦੇ ਵਿੱਚ ਸੁਧਾਰ ਕਰਨ ਦੇ ਲਈ ਨਹੀਂ ਇਹ ਸਾਡਾ ਤਾਂ ਜੀ ਦੇਖੋ ਪਿੰਡ ਵਾਸੀਆਂ ਵੱਲੋਂ ਸਾਡਾ ਸਰਪੰਚ ਆ ਪੱਥਰ ਸੁੱਟਿਆ ਸੀ ਬਹੁਤ ਜ਼ਿਆਦਾ ਜੀ ਸਰਪੰਚ ਨੇ ਸਾਡੇ ਨੇ ਪਤਾ ਨਹੀਂ ਕਿਵੇਂ ਲਿਆਂਦਾ ਮੁੱਲ ਲਿਆਂਦਾ ਜਾਂ ਕਿਵੇਂ ਲਿਆਂਦਾ ਸਾਨੂੰ ਇਹਦੇ ਬਾਰੇ ਨਹੀਂ ਪਤਾ ਸਰਪੰਚ ਨੇ ਸਾਡੀ ਨਾਲ ਲੱਗ ਕੇ ਸੀ ਸਰਪੰਚ ਦੇ ਸਾਰਾ ਰਾਹ ਭਰਿਆ ਜੀ ਇਹ ਇਹਦੇ ਕਰਕੇ ਸਾਡੀ ਨਹਿਰ ਬਚੀ ਇੰਨੀ ਨਹਿਰ ਸਾਡਾ ਚਾਂਸ ਨਹੀਂ ਸੀ ਬਚਣ ਦਾ ਜਿਹੜੇ ਹਿਸਾਬ ਨਾਲ ਹਾਂਜੀ ਅੱਛਾ ਇੱਕ ਪਿੰਡ ਦੀਆਂ ਨਹਿਰਾਂ ਜੋ ਨੇ ਉਹ ਸੁੱਕਦੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਦਾ ਅੱਛਾ ਜੀ ਸਤਿ ਸ਼੍ਰੀ ਅਕਾਲ ਜਿਨ੍ਹਾਂ ਨੇ ਇਹ ਪੱਥਰ ਸੁਟਾਏ ਸੀਗੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਪਹਿਲਾਂ ਵੀ ਜਾਣੀ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਸੀ ਵੀ ਜਿਹੜੀ ਇਹ ਸਾਡੀ ਨਹਿਰ ਦਾ ਕਿਨਾਰੇ ਇਹਨਾਂ ਨੇ ਮਜ਼ਬੂਤ ਕਰਾਏ ਬਹੁਤ ਵਧੀਆ ਕੰਮ ਕੀਤਾ ਅਤੇ ਅਸੀਂ ਇਹ ਕਹਿੰਦੇ ਸੀ ਵੀ ਜੇ ਹਜੇ ਵੀ ਜੇ ਸੀ ਵੀ ਨਾਲ ਲੱਗ ਕੇ ਇਹ ਜਿਹੜੇ ਪੱਥਰ ਅੰਦਰ ਆ ਗਏ ਇਹਨਾਂ ਨੂੰ ਢੰਗ ਦੇ ਨਾਲ ਲਾਇਆ ਜਾਵੇ ਕਿਨਾਰਿਆਂ 'ਤੇ ਕਿਨਾਰੇ ਮਜ਼ਬੂਤ ਹੋ ਸਕਦੇ ਆ ਠੀਕ ਹੈ ਕਿ ਨਹੀਂ ਬਾਕੀ ਸਰਪੰਚ ਸਾਹਿਬ ਆ ਗਏ ਆ ਪੁਰਾਣੇ ਸਾਡੇ ਸਾਬਕਾ ਸਾਹਿਬ ਬਾਕੀ ਵਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਗੱਲ ਤਾਂ ਮੈਡਮ ਇਹ ਆ ਸਰਕਾਰਾਂ ਠੇਕੇ ਕਰਦੀਆਂ ਨੇ ਬੈਠੀਆਂ ਹੀ ਠੇਕੇ ਕਰਕੇ ਓਵਰਸੀਅਰ ਗਾਹਾਂ ਬਿੱਲ ਬਣ ਜਾਂਦੇ ਆ ਸਾਰਾ ਕੁਛ ਸਾਫ਼ ਕਾਗਜ਼ੀ ਪੱਤਰੀ ਹੋਈ ਜਾਂਦੀਆਂ ਨੇ ਇੱਥੇ ਗਰਾਊਂਡ 'ਤੇ ਕੋਈ ਨਹੀਂ ਆਉਂਦਾ ਨਹੀਂ ਆ ਮੂਹਰੇ ਜਿੰਨਾ ਆਪਣਾ ਵਿੱਚ ਮਿੱਟ ਪਿਆ ਇੰਨਾ ਕੁ ਜੇ ਸੀ ਬੀ ਨੇ ਚੱਕ ਕੇ ਵੇਚਿਆ ਵੀ ਜਾ ਸਕਦਾ ਪਰ ਸਰਕਾਰ ਇੱਥੇ ਕੋਈ ਜੇਈ ਮਹਿਕਮੇ ਦਾ ਕੋਈ ਸਾਨੂੰ ਇਸੇ ਹੱਥ ਨਹੀਂ ਲਾਉਣ ਦਿੰਦਾ ਵਿੱਚੋਂ ਨਾ ਰੇਤਾ ਚੱਕਣ ਦਿੰਦਾ ਨਾ ਮਿੱਟੀ ਪਰੇ ਕਰਨ ਦਿੰਦਾ ਆ ਪੱਥਰ ਵੀ ਜਾ ਸੁੱਟਿਆ ਮਹਿਕਮਾ ਸਾਡਾ ਪਹਿਲਾਂ ਐਕਸ਼ਨ ਲੈਂਦਾ ਸੀ ਵੀ ਤੁਸੀਂ ਕਾਹਦੇ ਸੁੱਟਦੇ ਹੋ ਬਈ ਇਹਦੇ ਨਾਲ ਨਹਿਰ ਬੰਦ ਹੋਜੂ ਇਹ ਤਾਂ ਅਸੀਂ ਤਾਂ ਕਹਿ ਕਹਾ ਕੇ ਉਦੋਂ ਚਲੋ ਅਕਾਲੀ ਦਲ ਦੀ ਸਰਕਾਰ 'ਚ ਜ਼ੋਰ ਸੀ ਤਾਂ ਅਸੀਂ ਸੁਟਾ ਤਾ ਮਿਹਰਬਾਨੀ ਏਅਰਫੋਰਸ ਵਾਲੇ ਜਿਨ੍ਹਾਂ ਨੇ ਸਾਨੂੰ ਪੱਥਰ ਭੇਜਿਆ ਇਹਦਾ ਅਸੀਂ ਦਿੱਤਾ ਕੁਛ ਨਹੀਂ ਮੁੱਲ ਇਹ ਚਲੋ ਠੀਕ ਆ ਜਿਹੜਾ ਤੇਲ ਪਾਣੀ ਦਾ ਖਰਚਾ ਮਾੜਾ ਮੋਟਾ ਉਹੀ ਕਰਦੇ ਹੁੰਦੇ ਸੀ ਉਦੋਂ ਇੱਕ ਗੱਲ ਆਉਣ ਸੀ ਉਦੋਂ ਕੋਈ ਵੀ ਬੰਦਾ ਸਰਪੰਚ ਬਣਦਾ ਉਹਨੂੰ ਹੁੰਦਾ ਵੀ ਪਿੰਡ ਦਾ ਕੋਈ ਕੰਮ ਕਰਾਂ ਉਦੋਂ ਪਹਿਲਾਂ ਕੋਈ ਗ੍ਰਾਂਟ ਗਰੂੰਡ ਮਿਲੀ ਨਹੀਂ ਸੀ ਚੱਲ ਸਾਡਾ ਇਹ ਪੱਥਰ ਦਾ ਕੰਮ ਚੱਲ ਪਿਆ ਸਾਡੇ 6 ਮਹੀਨੇ ਇਹਦੇ ਨਾਲ ਲੰਘ ਗਏ ਸੀ ਆਹੀ ਹੁੰਦਾ ਵੀ ਪਿੰਡ ਦਾ ਕੰਮ ਹੋਵੇ ਪਰ ਇਹ ਸਫਾਈ ਇੰਨੀ ਉਹ ਬਹੁਤ ਮਾੜੀ ਹਾਲਤ ਆ ਇਹ ਤਾਂ ਕੋਈ ਸੈਂਟਰੀ ਉੱਤਾ ਚੱਕੇ ਤਾਂ ਹੋ ਸਕਦਾ ਪੰਜਾਬ ਸਰਕਾਰ ਦੇ ਬੱਸ ਦੀ ਗੱਲ ਹੀ ਨਹੀਂ ਇਹ ਗੱਲ ਆ ਭਾਈ ਸਫਾਈ ਬਿਨਾਂ ਹੈ ਨਹੀਂ ਅੱਗੇ ਪਾਣੀ ਲੋਕ ਪੀਂਦੇ ਸੀ ਨਹਿਰਾਂ 'ਚੋਂ ਹੁਣ ਮੈਂ ਤਾਂ ਕਹਿੰਦਾ ਉਹ ਰਾਜਸਥਾਨ 'ਚ ਵੀ ਕਿਵੇਂ ਲੋਕ ਪੀਂਦੇ ਬਿਮਾਰੀਆਂ ਜਿਹੜੀਆਂ ਲੱਗਦੀਆਂ ਥੱਲੇ ਵਾਲੇ ਪਾਣੀ ਤੋਂ ਨਹੀਂ ਨਹਿਰਾਂ 'ਚ ਵਿੱਚੇ ਹੀ ਬੰਦੇ ਤੁਰੇ ਜਾਂਦੇ ਆ ਜਾਨਵਰ ਤੁਰੇ ਜਾਂਦੇ ਆ ਪੰਛੀ ਫੈਕਟਰੀ ਸਾਰਾ ਕੁਝ ਵਿੱਚ ਹੀ ਆ ਗਿਆ ਜਿੰਨਾ ਚਿਰ ਇਹ ਬੰਦ ਨਹੀਂ ਹੁੰਦਾ ਇੱਥੇ ਕੋਈ ਹੱਲ ਨਹੀਂ ਗਾ ਗਰੀਬ ਆਦਮੀ ਮਰ ਰਿਹਾ ਕੁਰਸੀਆਂ 'ਤੇ ਬੈਠਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਗਰੀਬਾਂ ਨੂੰ ਬਿਮਾਰੀ ਉਹਨਾਂ ਨੂੰ ਕੋਈ ਫਰਕ ਨਹੀਂ ਗਾ ਉਹਨਾਂ ਨੇ ਪੈਸੇ ਵੱਟਣੇ ਸਾਰਾ ਕੁਝ ਕਰਨਾ ਹੁਣ ਉਹ ਵੀ ਵਿਕਣੋਂ ਹਟ ਗਿਆ ਉਹ ਵੀ ਜਿਹੜੇ ਚੱਕ ਕੇ ਲੈ ਕੇ ਜਾਂਦੇ ਸੀ ਉਹ ਵੀ ਬੰਦ ਹੋ ਗਏ ਹੁਣ ਕੋਈ ਆਉਂਦਾ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਜਾ ਕੇ ਡੰਗਰ ਪਸ਼ੂ ਚੱਕ ਵਾਲਾ ਨਹਿਰ 'ਚ ਸੁੱਟ ਜਾਂਦਾ ਜੀ ਹਾਂਜੀ ਹੁਣ ਆਹ ਕੰਮ ਤੁਹਾਡੇ ਵੱਲੋਂ ਦੇਖੀਆਂ ਗਈਆਂ ਇਹ ਚੀਜ਼ਾਂ ਤੇ ਰੋਕਿਆ ਗਿਆ
ਰੋਕਿਆ ਵੀ ਆ ਕਾਨੂੰ ਆ ਰਾਤ ਸਵੇਰ ਤੁਹਾਨੂੰ ਪਤਾ ਵੀ ਹੁਣ ਜੇ ਮੇਰੇ ਵਰਗੇ ਕੋਲ ਕੋਈ ਸਿੱਟੂਗਾ ਤਾਂ ਮੈਂ ਤਾਂ ਜਦੇ ਕਹੂੰ ਕੱਢ ਇਹਨੂੰ ਬਾਹਰ ਠੀਕ ਹੈ ਨਾ ਹੁਣ ਉਹਨੇ ਇੱਥੇ ਸਿੱਟਿਆ ਨਾ ਉਹਨੂੰ ਕਿਹਾ ਚੱਕ ਲੈ ਗਿਆ ਚੱਕ ਕੇ ਠੀਕ ਹੈ ਨਾ ਹੁਣ ਇੱਥੇ ਉਹਦੇ ਰੇੜੇ ਦੇ ਉੱਤੋਂ ਸਿੱਟੇ ਉਹ ਉਹਨੂੰ ਮੈਂ ਕਿਹਾ ਕੀ ਗੱਲ ਹੈ ਇੱਥੋਂ ਤਿੱਤਰ ਹੋ ਗਿਆ ਤੁਹਾਡੇ ਮਨ ਚ ਨਾ ਬਹੁਤ ਗੁੱਸਾ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨੂੰ ਲੈ ਕੇ ਮੈਂ ਤਾਂ ਹੁਣ ਵੀ ਕਹਿੰਦਾ ਵਾਂ ਅਗਰ ਕੋਈ PW ਡਿਪਾਰਟਮੈਂਟ ਦਾ ਕੋਈ ਅਫਸਰ ਆ ਜਾਵੇ ਨਾ ਤੇ ਮੈਂ ਦੱਸਾਂ ਨਾ ਵੀ ਕਿਵੇਂ ਹੁੰਦੇ ਆ ਕੰਮ ਠੀਕ ਹੈ ਨਾ ਕੰਮ ਸਾਨੂੰ ਕਰਵਾਉਣੇ ਆਉਂਦੇ ਆ ਠੀਕ ਹੈ ਨਾ ਪਰ ਮੇਰਾ ਕੋਈ ਸਾਥ ਨਹੀਂ ਦਿੰਦਾ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਠੀਕ ਆ ਕੋਈ ਮੂੰਹ ਚ ਤਾਂ ਨਹੀਂ ਪਾਉਣ ਲੱਗਿਆ ਕਹਿ ਰਹੇ ਸਾਥ ਨਹੀਂ ਦਿੰਦਾ ਕੋਈ ਵੀ ਸਾਥ ਤਾਂ ਦਿੰਦੇ ਆ ਗੱਲ ਕੀ ਆ ਮਹਿਕਮਾ ਹੀ ਕੋਈ ਪੁੱਛ ਨਹੀਂ ਰਿਹਾ ਜਿੱਥੇ ਮਰਜ਼ੀ ਜਾਈ ਕਿਸੇ ਦਫ਼ਤਰ ਚਲੇ ਜਾਈਏ ਪੈਸਿਆਂ ਬਿਨਾਂ ਕਿਤੇ ਗੱਲ ਨਹੀਂ ਬਣਦੀ ਆਪਣੀ 1000 ਰੁਪਏ ਦੀ ਦਿਹਾੜੀ ਆ ਉਹ ਜੇ 2000 ਆਪਾਂ ਦੇ ਵੀ ਦਿੰਨੇ ਆ ਤਾਂ ਹੁੰਦਾ ਕੰਮ ਨਹੀਂ 2 ਦਿਨ ਖੜਾਈ ਰੱਖਦੇ ਆ ਮਾੜਾ ਮੋਟਾ ਨੁਕਸ ਹੁੰਦਾ ਹੀ ਆ ਸਾਡੇ ਕਾਗਜ਼ਾਂ ਚੋਂ ਕਿਤੇ ਵੀ ਚਲੇ ਜਾਈਏ ਨੁਕਸ ਨਹੀਂ ਨਿਕਲ ਸਕਦਾ ਸਾਰਾ ਉਹਦੀ ਕਰਕੇ ਸਾਨੂੰ ਰਿਸ਼ਵਤ ਦੇਣੀ ਹੀ ਪੈਂਦੀ ਦੇਣੀ ਪੈਂਦੀ ਆ ਗੱਲ ਆ ਜੇ ਆਪਾਂ ਐਵੇਂ ਕਹਿ ਦਈਏ ਵੀ ਨਹੀਂ ਤਾਂ ਦੇਣੀ ਪੈਂਦੀ ਆ ਅਸੀਂ ਤਹਿਸੀਲਦਾਰ ਦੇ ਜਾਂਦੇ ਹਾਂ ਮਾੜਾ ਮੋਟਾ ਕਾਗਜ਼ੀ ਨੁਕਸ ਹੁੰਦਾ ਨਹੀਂ ਉਹ ਕਹਿੰਦਾ ਲੈ ਜਾਓ ਕਾਗਜ਼ ਚੱਕ ਕੇ ਹੁਣ ਇੰਨਾ ਦਿਨ ਕਿਵੇਂ ਕੌਣ ਟਾਈਮ ਕੱਢੂਗਾ ਕਹਿਣਗੇ ਰੋਕ ਲਾਤੀ ਕੋਈ ਰੋਕ ਨੀ ਗੀ ਕਾਸੇ ਦੀ ਰੋਕ ਨੀ ਹੁਣ ਗਊਆਂ ਦੀ ਕਹਿੰਦੇ ਯਾਰ ਊਂ ਆਪਾਂ ਪੂਜਦੇ ਆ ਤੁਰੀਆਂ ਫਿਰਦੀਆਂ ਨਹਿਰਾਂ ਚ ਇਹ ਸੜਦੇ ਆ ਜਿਵੇਂ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਕੀਤਾ ਵੀ ਹਨਾ ਰਿਸ਼ਵਤ ਜੇ ਕੋਈ ਮੰਗਦਾ ਤੇ ਉਹ ਇੱਕ ਵਾਰੀ ਤੁਹਾਨੂੰ ਉਹ ਜ਼ਰੂਰ ਟਰਾਈ ਕਰਕੇ ਵੇਖਣਾ ਚਾਹੀਦਾ ਅਜ਼ਮਾ ਕੇ ਵੇਖਣਾ ਚਾਹੀਦਾ ਵੀ ਸਰਕਾਰ ਵੱਲੋਂ ਇਹ ਵੀ ਚੀਜ਼ ਕੀਤੀ ਗਈ ਹੈ ਕਿ ਇਸ ਦੇ ਉੱਤੇ ਅਮਲ ਹੁੰਦਾ ਆ ਉਹਨਾਂ ਦੇ ਵੱਲੋਂ ਜਾਂ ਨਹੀਂ ਹੁੰਦਾ ਇੱਕ ਵਾਰੀ ਜ਼ਰੂਰ ਅਜ਼ਮਾਣੀ ਕਰਕੇ ਦੇਖੀ ਆ ਜੀ 2 ਦਿਨ 3 ਦਿਨ ਬਹਿ ਕੇ ਥਾਣੇ 'ਚ ਵੀ ਮੁੜਿਆ ਜਾਈਦਾ ਜੀ ਜਿੰਨਾ ਸਾਡਾ ਕੰਮ ਨਹੀਂ ਤਾਂ ਜੇ ਪੈਸੇ ਥਾਣੇਦਾਰ ਨੂੰ ਕਹਿ ਰਹੇ ਜਾਂ ਕਿਸੇ ਨੂੰ ਹੋਰ ਕਹਿ ਰਹੀ ਜੀ ਚੱਲ ਕੋਈ ਗੱਲ ਨਹੀਂ ਤੁਹਾਡਾ ਕਰਦੇ ਹਾਂ ਚਾਹ ਪਾਣੀ ਦਾ ਕਰਦੇ ਹਾਂ ਚੱਲ ਫਿਰ ਸਾਡਾ ਕੰਮ ਹੋ ਜਾਂਦਾ ਵਾ ਨਹੀਂ ਚਾਹੇ 2 ਦਿਨ ਬੈਠੇ ਰਹੀਏ ਚਾਹੇ 3 ਦਿਨ ਬੈਠੇ ਰਹੀਏ ਕੋਈ ਸੁਣਦਾ ਹੀ ਨਹੀਂ ਗਾ ਅੱਛਾ ਇੱਕ ਸਵਾਲ ਹੈ ਸਿਰਫ ਵੀ ਜਿਹੜੀ ਪੰਜਾਬ ਦੀਆਂ ਨਹਿਰਾਂ ਸੁੱਕਦੀਆਂ ਜਾ ਰਹੀਆਂ ਹਨਾ ਇਸ ਦੇ ਪਿੱਛੇ ਕੀ ਆ ਪੰਜਾਬ ਨੂੰ ਨਜ਼ਰ ਲੱਗ ਗਈ ਆ ਜਾਂ ਮਾੜੀਆਂ ਆਪਾਂ ਕਹਿ ਸਕਦੇ ਸਰਕਾਰਾਂ ਨੇ ਕੀ ਹੈ ਇਹ ਹੈਗੀਆਂ ਜੀ ਮੈਡਮ ਇਹ ਜੋ ਪੰਜਾਬ ਦੀਆਂ ਜੋ ਗੌਰਮੈਂਟ ਦੀਆਂ ਬਣਦੀਆਂ ਜੀ ਅਫਸਰਾਂ ਦੀਆਂ ਇਹ ਮਾੜੀਆਂ ਨੀਤੀਆਂ ਦਾ ਨਤੀਜਾ ਹੈ ਕੁਛ ਅਸੀਂ ਇਹ ਨਹੀਂ ਕਹਿੰਦੇ ਵੀ ਪਬਲਿਕ ਜ਼ਿੰਮੇਵਾਰ ਆ ਪਬਲਿਕ ਨੂੰ ਜ਼ਿਆਦਾ ਜੋ ਆ ਗੌਰਮੈਂਟ ਜ਼ਿੰਮੇਵਾਰ ਆ ਕਿਉਂਕਿ ਜੇ ਆਹੀ ਇਹ ਆਹ ਪਾਣੀ ਜਾਂਦਾ ਜੇ ਇਹਨੂੰ ਪੱਕੀ ਕੀਤਾ ਜਾਵੇ ਸਾਈਡਾਂ ਤੋਂ ਨਹਿਰ ਨੂੰ ਪੱਕੀ ਕੀਤਾ ਜਾਵੇ ਤਾਂ ਇਹੀ ਪਾਣੀ ਪੀਣ ਯੋਗ ਹੋ ਜੂ ਤੇ ਜਿਹੜਾ ਕੂੜਾ ਜਾਂਦਾ ਕੂੜਾ ਮੈਡਮ ਜਦੋਂ ਵਿੱਚ ਸਿੱਟੋ ਹੀ ਨਹੀਂ ਜਦੋਂ ਪੱਕੀ ਹੋ ਗਈ ਫਿਰ ਕੂੜਾ ਕਿਵੇਂ ਸਿੱਟਾਂਗੇ ਵਿੱਚ ਲੱਗਦਾ ਇੱਥੇ ਆਲੇ ਦੁਆਲੇ ਲੋਕੀ ਖੜੇ ਕਰਨੇ ਪੈਣੇ ਆ ਰਾਤ ਨੂੰ ਨਹੀਂ 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 ਪੱਕੀ ਹੋਈ ਹੋ ਗਈ ਸਾਈਡਾਂ ਤੇ ਪੱਕੀ ਹੋ ਗਈ ਫਿਰ ਕੌਣ ਕੂੜਾ ਸਿੱਟੂ ਪਾਣੀ ਪੀਂਦੇ ਰਹੇ ਆ ਕਣਕ ਵੱਢਦੇ ਜਦੋਂ ਕਣਕ ਵੱਢਦੇ ਸੀ ਡੰਗਰ ਚਾਰਦੇ ਸੀ ਸਾਰੇ ਲੋਕ ਪਾਣੀ ਵੀ ਇੱਥੋਂ ਹੀ ਪੀਂਦੇ ਸੀਗੇ ਘਰਾਂ ਨੂੰ ਭਰ ਭਰ ਕੇ ਲਿਜਾਂਦੇ ਸੀਗੇ ਇੱਥੋਂ ਤੇ ਹੁਣ ਅੱਜ ਕੱਲ੍ਹ ਕੂੜਾ ਸਾਰਾ ਬਹੁਤ ਆਉਣ ਲੱਗ ਗਿਆ ਤੇ ਫਿਰ ਕੀ ਕਰੋਗੇ ਪਹਿਲਾਂ ਆਹ ਸਾਰੇ ਪਹਿਲਾਂ ਕਿਸ਼ਤੀਆਂ ਲੈ ਕੇ ਆਹ ਅੱਕ ਹੁੰਦੇ ਹੀ ਨਹੀਂ ਸੀਗੇ ਇਹ ਹੁਣ ਅੱਕ ਹੋਏ ਆ ਬਾਅਦ 'ਚ ਜਦੋਂ ਹਟ ਗੌਰਮੈਂਟ ਨੇ ਹਟਾਤੇ ਆ ਜਿਹੜੇ ਬੇਲਦਾਰ ਸੀਗੇ ਸੜਕਾਂ ਸਾਫ਼ ਕਰਦੇ ਸੀਗੇ ਕਿਤੇ ਡੰਗਰ ਨਹੀਂ ਚੜ੍ਹਨ ਦਿੰਦੇ ਸੀਗੇ ਹੁਣ ਜਿੱਥੇ ਹੁਣ ਡੰਗਰ ਹੈ ਨਹੀਂ ਗੇ ਤੇ ਹੁਣ ਆਹ ਅੱਕ ਹੋਣ ਲੱਗ ਗਏ ਦੇਖੋ ਆਹ ਜਿਹੜੀ ਮੈਂ ਤੁਹਾਨੂੰ ਦੱਸਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਸਰਹੰਦ ਅਬੋਹਰ ਬ੍ਰਾਂਚ ਮੇਨ ਬ੍ਰਾਂਚ ਆ ਇਹ ਸਰਹੰਦ ਦੀ ਇਹਦੇ ਵਿੱਚੋਂ 2 ਗੁੜਥਲੀ ਦੇ ਪੁਲ ਤੋਂ 2 ਨਹਿਰਾਂ ਨਿਕਲਦੀਆਂ ਇੱਕ ਨਹਿਰ ਜਾਂਦੀ ਆ ਲੁਧਿਆਣੇ ਅੱਜ ਲੁਧਿਆਣੇ ਦੀ ਨਹਿਰ ਤੁਸੀਂ ਦੇਖੋ ਉਹਦੇ ਵਿੱਚ ਪੱਕੀ ਆ JCB ਲਾ ਕੇ ਉਹ ਕਲੀਨ ਕਰਤੀ ਬਿਲਕੁਲ ਔਰ ਉੱਥੇ ਬੋਰਡ ਲੱਗੇ ਹੋਏ ਆ ਵੀ ਜੋ ਵੀ ਇਹਦੇ ਵਿੱਚ ਕਚਰਾ ਸਿੱਟੂ 5000 ਰੁਪਇਆ ਜੁਰਮਾਨਾ ਅੱਜ ਦੇਖੋ ਉਹਦੀ ਕੰਡੀਸ਼ਨ ਦੇਖੋ ਉਹਦੀ ਕਿੰਨੀ ਵਧੀਆ ਕਿਉਂ ਉਹ ਡਿਸਟ੍ਰਿਕਟ ਦੀ ਆ ਡਿਸਟ੍ਰਿਕਟ ਦੇ ਵਿੱਚ ਦੀ ਨਿਕਲਦੀ ਆ ਕਿ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਸਕਦਾ ਉਸ ਤੋਂ ਬਾਅਦ ਜਿਹੜੀ ਫਿਰ ਉਹ ਨਿਕਲਦੀ ਆ ਇੱਧਰ ਰਾੜਾ ਸਾਹਿਬ ਵਾਲੀ ਨਹਿਰ ਆ ਇੱਧਰ ਦੱਦਾ ਹੋਰ ਨੂੰ ਜਾਂਦੀ ਆ ਉਹਦੀ ਵੀ ਇਹੀ ਕੰਡੀਸ਼ਨ ਮਤਲਬ ਇਹਨਾਂ ਨੂੰ ਇੱਥੋਂ ਆ ਸਾਰੇ ਪੱਥਰ ਉਹਨਾਂ ਨੇ ਲਿਆ ਕੇ ਸਿੱਟੇ ਆ ਅੱਡੇ ਦੇ ਵਿੱਚੋਂ ਤੇ ਹੁਣ ਕੌਣ ਰੋਕੇ ਇਹ ਤਾਂ ਉਹਨਾਂ ਗੌਰਮੈਂਟ ਨੂੰ ਚਾਹੀਦਾ ਵੀ ਆਪਦੇ ਕਿਸੇ ਟਿਕਾਣੇ ਆਪਦੇ ਇੱਕ ਥਾਂ ਰੱਖ ਲੈਣ ਇੱਥੇ ਸਾਰੇ ਨਹਿਰ ਸਾਰੀ ਨਹਿਰ ਦੇ ਵਿੱਚ ਉਹਨਾਂ ਨੇ ਸਿੱਟੇ ਉਹ ਸਟਾਏ ਆ ਉਹ ਸਰਪੰਚ ਸਾਹਿਬ ਨੇ ਸਟਾਏ ਸੀ ਕਿਨਾਰੇ ਪੱਕੇ ਹੋ ਜਾਣ ਬਹੁਤ ਵਧੀਆ ਉਹਨਾਂ ਨੇ AO ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਇੱਕ JE ਸਾਹਿਬ ਸੀਗੇ MES ਦੇ
जी साहब जिन्हों ने मतलब कि जे सी बी एल मैं कोले सी उन्होंने कोले प्रेजेंट सी जो ये काम होया नहर टुटी आ ठीक है कि नहीं तो वह कहें फिर कैप्टन साहब कहें भी तुम कहना इन्ना सहयोग मैं क्या जी अभी थोड़े नाल खड़े हाँ ठीक है कि नहीं तुम ये एरिया थोड़ा भी है क्योंकि इन्हों का मैरिड एकोमोडेशन इधर है जिन्ना भी एम ए एस का एयरफोर्स का जिन्हें पायलट वगैरह है डी आई पी वगैरह वो इधर से आना ही उन्होंने है ना तो इस करके असं ये कहने भी साढ़े जिन्हें भी बंदे आ सहयोग दे सारा कुछ हो जाता आप कहने ना उत्थे सानू कोई पुछता नहीं पुछता क्यों नहीं अपॉइंटमेंट लो मैं जी ये को डी सी को जाना अपॉइंटमेंट लई दी आ सीधा जाके मिली नाले वह सानू चाह पानी पिलाते साहब आया चाह पानी पिलाओ ठीक है कि नहीं लस्सी तक भी पिलाते ठीक है ना मेरी एसोसीएशन बनी हुई आ जलंधर असी जाने पूरे पंजाब जिन्हें 8-9 डी सी आ असी उन्होंने को जाने मिलते हैं कोई मना नहीं करता क्यों मना करे जब अपॉइंटमेंट ली है इस मुद्दे के बारे असी थोड़े न गल करनी है मना तो नहीं करे ठीक है ना हुण थाने दे विच थाने दे विच जावांगे सानू तो कदे नहीं उन्होंने कहा भी आह काम नहीं होगा तो गल गूठा दे के करवाई दा गल गूठा दे के करवाने असी करो क्यों एक इत्थे बडेरा आ गया सी मैं ऐ कर दूं मैं कर होने जे तेरे च दामा दा करना कहिंदा जी ओह तलवंडी साहब आया मैं उत्थे चलिया मैं कहा तलवंडी साहब तैनूं सद्दा नहीं गा रुक इत्थे ठीक है ना मतलब कि अगला कोई बोलना नहीं चाहता भी मैं माड़ा बन जा माड़ा बनना पैंदा ठीक है ना Okay, बहुत बहुत धन्यवाद गलबात करन दे लई सो अज असी पहुंचे सी अबोर ब्रांच नहर दे कोल लुधियाना दे विच है ए पिंड है जिथे 140 साल पुरानी ये नहर है पर नहर के हालात बहुत माड़े हो चुके हैं लोगों वालों इतने कूड़ा सुट्टिया जाता है तो बहुत ज़्यादा गंदगी वेखन मिल रही है नहर का पानी भी सुक गया आज के टाइम के नहर का पानी सुकता भी जा रहा है सो इन्ह के वलों सरकार को मंग की जाती है भी इस चीज़ को साफ करवाया जाए पर सरकार के वलों कोई समर्थन नहीं दिता जाता तो उत्थे पिंड वासियों वालों भी एक दूसरे के साथ शायद कित ना कि नहीं दिता जाता है जिस दे करके रोस भी है मन दे विच सो इस दे नाल ही मैनू यानी कि सोनन दे इजाजत ते देखदे रहो नेक्स्ट पंजाब।